ਸੁਖਪਾਲ ਸਿੰਘ ਖੈਰਾ ਦੇ ਆਮ ਆਦਮੀ ਪਾਰਟੀ ਦੀ ਮੋਡਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਦੇ ਕਈ ਦਿਨਾਂ ਬਾਅਦ ਉਹਨਾਂ ਦੇ ਧੜੇ ਦੇ ਹੀ ਮਾਸਟਰ ਬਲਦੇਵ ਸਿੰਘ ਐਮ ਐਲ ਏ ਨੇ ਜੈਤੋ ਤੋਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਉਹਨਾਂ ਨੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਨਾਂ ਤੇ ਇੱਕ ਲੰਬੀ ਚੌੜੀ ਚਿੱਠੀ ਲਿਖੀ ਹੈ ਜਿਸ ਦੇ ਵਿੱਚ ਕਿ ਉਹਨਾਂ ਨੇ ਆਪਣੇ ਕਈ ਕਨਸਰਨ ਨੇ ਜੋ ਜ਼ਾਹਿਰ ਕੀਤੇ ਨੇ ਕਿ ਕਿਹੜੇ ਕੰਮ ਕਰਨਾ ਕਰਕੇ ਉਹ ਅਸਤੀਫਾ ਦੇ ਰਹੇ ਨੇ ਚਿੱਠੀ ਮੈਂ ਜੇ ਤੁਹਾਨੂੰ ਦਿਖਾ ਦਵਾਂ ਤੇ ਚਿੱਠੀ ਦੇ ਵਿੱਚ ਤਕਰੀਬਨ ਅੱਠ 900 ਸ਼ਬਦਾਂ ਦੀ ਚਿੱਠੀ ਹੈ ਜਿਹਦੇ ਵਿੱਚ ਉਹਨਾਂ ਨੇ ਕਿ ਲੰਬੀ ਚੌੜੀ ਆਪਣੇ ਜੋ ਵੀ ਉਹਨਾਂ ਦੇ ਕੰਸਰਨਸ ਨੂੰ ਲਿਖੇ ਨੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਅੰਨਾ ਹਜ਼ਾਰੇ ਦੀ ਮੂਵਮੈਂਟ ਤੋਂ ਪ੍ਰਭਾਵਿਤ ਹੋ ਕੇ ਫਿਰ ਤੁਹਾਡੇ ਨਾਲ ਜੁੜਿਆ ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਜੁਆਇਨ ਕੀਤੀ ਜਿਹਨੇ ਪੰਜਾਬ ਦੇ ਵਿੱਚ ਚਾਰ ਐਮਪੀ ਚੁਣੇਗੇ ਉਸ ਤੋਂ ਬਾਅਦ ਪਾਰਟੀ ਦਾ ਵਿਸਥਾਰ ਹੋਇਆ ਤੇ ਅਸੀਂ ਪਾਰਟੀ ਦੇ ਵਿੱਚ ਆਇਆ ਤੇ ਪਾਰਟੀ ਦੇ ਵਿੱਚ ਅਸੀਂ ਐਮਐਲਏ ਬਣੇ ਜੀ ਇਹਦੇ ਵਿੱਚ ਮੈਂ ਦੱਸਾਂ ਕਿ ਉਹਨਾਂ ਨੇ ਕਈ ਮੇਨ ਕੰਸਰਨ ਇਹ ਦੱਸੇ ਆ ਚਿੱਠੀ ਦੇ ਵਿੱਚ ਉਹ ਸਭ ਤੋਂ ਮੁੱਖ ਗੱਲ ਇਹ ਹੈ ਕਿ ਉਹਨਾਂ ਨੇ ਵੀ ਉਹੀ ਨਰਾਜ਼ਗੀ ਜਤਾਈ ਹੈ ਜੋ ਸੁਖਪਾਲ ਖੈਰਾ ਜਤਾਉਂਦੇ ਰਹੇ ਉਹਨਾਂ ਨੇ ਕਿਹਾ ਕਿ ਪਾਰਟੀ ਦੇ ਵਿੱਚ ਜਿਹੜੀ ਦਿੱਲੀ ਦੀ ਦਖਲਅੰਦਾਜ਼ੀ ਸੀ ਪੰਜਾਬ ਦੇ ਵਿੱਚ ਉਸ ਨੂੰ ਉਹਨਾਂ ਨੇ ਮੇਨ ਮੁੱਖ ਤੌਰ ਤੇ ਉੱਪਰ ਰੱਖਿਆ ਹੈ ਇਹਦੇ ਵਿੱਚ ਦੁਰਗੇਸ਼ ਪਾਠਕ ਦਾ ਉਹਨਾਂ ਨੇ ਨਾਂ ਲਿਖਿਆ ਜੋ ਕਿ ਪਹਿਲਾਂ ਪੰਜਾਬ ਦੇ ਮਾਮਲਿਆਂ ਦੇ ਪੰਜਾਬ ਦੇ ਮਾਮਲ ਨੂੰ ਦੇਖਦੇ ਰਹੇ ਨੇ ਇਸ ਤੋਂ ਇਲਾਵਾ ਉਹਨਾਂ ਨੇ ਜਿਹੜਾ ਮੁੱਖ ਗੱਲ ਇੱਕ ਹੋਰ ਰੱਖੀ ਹੈ ਸੁਖਬਾਲ ਸਿੰਘ ਖੈਰਾ ਨੂੰ ਕੇਂਦਰ ਚ ਰੱਖ ਕੇ ਕੀ ਜਦੋਂ ਉਹ ਐਮ ਐਲ ਏ ਸੀਗੇ ਤੇ ਲੀਡਰ ਆਫ oppositon ਸੀ ਪੰਜਾਬ ਵਿਧਾਨ ਸਭਾ ਦੇ ਵਿੱਚ ਤੇ ਉਹਨਾਂ ਨੂੰ ਇੱਕਦਮ ਹਟਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਚੀਮਾ ਹੋਰਾਂ ਨੂੰ ਲੀਡਰ ਆਫ oppositon ਬਣਾਇਆ ਗਿਆ ਤੇ ਉਸ ਦੇ ਵਿੱਚ ਕਿਸੇ ਦੀ ਵੀ رائے ਨਹੀਂ ਲਈ ਗਈ ਇਸ ਤੋਂ ਇਲਾਵਾ ਮੇਨ ਗੱਲ ਇਹ ਹੈ ਦੇ ਵਿੱਚ ਕਿ ਉਹਨਾਂ ਨੇ ਹਰਪਾਲ ਚੀਮਾ ਨੂੰ ਕਿਹਾ ਕਿ ਉਹਨਾਂ ਨੂੰ ਅਪਾਇੰਟ ਕਰ ਦਿੱਤਾ ਗਿਆ ਦਿੱਤਾ ਗਿਆ ਖੈਰ ਨੂੰ ਹਟਾ ਦਿੱਤਾ ਗਿਆ ਮੁਖਾਲੀ ਇਹ ਵੀ ਕਹੀ ਕਿ ਉਹਨਾਂ ਨੇ ਕਿ ਦਲਿਤਾਂ ਦੇ ਗਲਤ ਪਾਰਟੀ ਕਰਦੀ ਹੈ ਪਰ ਕਿਸੇ ਵੀ ਜ਼िला ਸਤਰ ਤੇ ਜਾਂ ਕਿਸੇ ਹੋਰ ਪੱਧਰ ਤੇ Dalitta ਦੀ ਨੁਮਾਇੰਦਗੀ ਨਹੀਂ ਹੈ ਪਾਰਟੀ ਦੇ ਵਿੱਚ ਤਾਂ ਉਹਨਾਂ ਨੇ ਇਸ ਮੁੱਦੇ ਤੇ ਵੀ ਆਪਣਾ ਜੋ ਚਿੱਠੀ ਦੇ ਵਿੱਚ ਲਿਖਿਆ ਹੈ ਇਸ ਤੋਂ ਇਲਾਵਾ ਉਹਨਾਂ ਨੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਤੋਂ ਅਰਵਿੰਦ ਕੇਜਰੀਵਾਲ ਵੱਲੋਂ ਮਾਫੀ ਮੰਗਣ ਦੇ ਮੁੱਦੇ ਨੂੰ ਵੀ ਆਪਣੀ ਚਿੱਠੀ ਦੇ ਵਿੱਚ ਸ਼ਾਮਿਲ ਕੀਤਾ ਹੈ ਕਿ ਇਹ ਮਾਫੀ ਮੰਗ ਕੇ ਤੁਸੀਂ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਪੰਜਾਬ ਪਾਰਟੀ ਵਰਕਰਾਂ ਦੇ ਜਿਹੜੇ ਹੌਸਲੇ ਨੇ ਉਹ ਤੋੜੇ ਸੀ ਇਸ ਤੋਂ ਇਲਾਵਾ ਇੱਕ ਹੋਰ ਗੱਲ ਉਹਨਾਂ ਨੇ ਲਿਖੀ ਹੈ ਕਿ ਜੋ ਅਕਸਰ ਸੁਖਪਾਲ ਖੈਰਾ ਵੀ ਆਪਣੀ ਗੱਲਾਂ 'ਚ ਆਪਣੇ ਭਾਸ਼ਣਾ 'ਚ ਯ ਆਪਣੀ ਚਿੱਠੀ 'ਚ ਵੀ ਕਹਿੰਦੇ ਰਹੇ ਕਿ ਪ੍ਰਸ਼ਾਨਤ ਪੂਸ਼ਣ ਵਰਗੇ ਹੋਗੇ ਜਾਂ ਯੋਗਿੰਦਰ ਯਾਦਵ ਹੋਗੇ ਮੇਧਾ ਪਟਕਰ ਹੋਗੇ ਕਿਰਨ 베ਦੀ ਹੋਗੇ ਆ ਡਾਕਟਰ ਗਾਂਧੀ ਹੋਗੇ ਇਹਨਾਂ ਨੇਤਾਵਾਂ ਨੂੰ ਪਾਰਟੀ ਤੋਂ ਬਾਹਰ ਕੱਢਣ ਦੇ ਵਿੱਚ ਜਾਂ ਜਦੋਂ ਇਹ ਪਾਰਟੀ ਛੱਡ ਕੇ ਚਲੇ ਗਏ ਉਸ ਦੇ ਵਿੱਚ ਵੀ ਕਿਤੇ ਨਾ ਕਿਤੇ ਪਾਰਟੀ ਹਾਈ ਕਮਾਂਡ ਦੀ ਜਿਹੜੀ ਜੋ ਰਵਈਆ ਸੀ ਉਹ ਕਾਰਨ ਰਿਹਾ ਇਸ ਤੋਂ ਇਲਾਵਾ ਮੈਂ ਦੱਸਣਾ ਕਿ ਜਦੋਂ ਇਹਨਾਂ ਦੇ ਬਿਆਨ ਆਇਆ ਤੇ ਸਾਰੀ ਕਿਤੇ ਚਰਚਾ ਹੋ ਗਈ ਕਿ ਇਹਨਾਂ ਨੇ ਅਸਤੀਫਾ ਦੇ ਦਿੱਤਾ ਤੇ ਅਸੀਂ ਉਹਨਾਂ ਦੇ ਟਵਿੱਟਰ ਹੈਂਡਲ ਤੇ ਵਗੇ ਅਰਵਿੰਦ ਕੇਜਰੀਵਾਲ ਦੇ ਟਵਿੱਟਰ ਹੈਂਡਲ ਤੇ ਗਏ ਕਿ ਦੇਖੀਏ ਕਿਤੇ ਉਹਨਾਂ ਨੇ ਕੋਈ ਬਿਆਨ ਤਾਂ ਨਹੀਂ ਦਿੱਤਾ ਪਰ ਉਹਨਾਂ ਨੇ ਕਿਸੇ ਤਰ੍ਹਾਂ ਦਾ ਕੋਈ ਬਿਆਨ ਨਹੀਂ ਦਿੱਤਾ ਹੁਣ ਤੱਕ ਕੋਈ ਬਿਆਨ ਨਹੀਂ ਆਇਆ ਅਸੀਂ ਉਹਨਾਂ ਦੀ ਟਾਈਮ ਲਾਈਨ ਚੈੱਕ ਕਰ ਰਹੇ ਹਾਂ ਟਵਿੱਟਰ ਦੀ ਇਸ ਮਾਮਲੇ ਦੇ ਵਿੱਚ ਤੇ ਜਿਵੇਂ ਕੋਈ ਅਪਡੇਟ ਆਏਗਾ ਇਸ ਮਾਮਲੇ ਦੇ ਵਿੱਚ ਜਾਂ ਪਾਰਟੀ ਦਾ ਕੋਈ ਲੀਡਰ ਬੋਲਦਾ ਹੈ ਤੇ ਅਸੀਂ ਤੁਹਾਡੇ ਅੱਗੇ ਖਬਰ ਲੈ ਕੇ ਆਵਾਂਗੇ ਇਸ ਤੋਂ ਇਲਾਵਾ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ Facebook ਪੇਜ ਨੂੰ ਲਾਈਕ ਕਰ ਸਕਦੇ ਹੋ ਅ ਇਸ ਤੋਂ ਇਲਾਵਾ ਸਾਡੀ ਵੈਬਸਾਈਟ ਹੈ bbc.com/punjabi ਤੇ ਦੇਸ਼ ਤੇ ਵਿਦੇਸ਼ ਦੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਸਾਡੀ ਵੈਬਸਾਈਟ ਤੇ ਜ਼ਰੂਰ ਆਓ